हेलो। सलाम अलैकुम जी। सज्जाद वालेकुम सलाम जी। हाँ साहब गल कर रहे हो? जी, सज्जाद साहब राणा एजाज गल कर रहे हैं। भाईजान अच्छा करो जी, करी फैसलाबाद तो गल कर रहे हैं। भाईजान जाओ जनाब, करो। गल ये आ कि एक कफन सवाना है जी। कफन? जी, तुसी दर्दियां दा काम करदे ना जी? हाँ जी, लेकिन मैं कफन कुफन नहीं सींदा भाई। नहीं, ओ जिहड़ा बंदा आ ओ इत्थे इस टाइम ना दर्जी कोई नहीं सी नेड़े लभण डिया। असीं असल च ना बैठे हां बहुत दूर, ठीक है, इक फैक्टरी आ अच्छा जी, उस च कम करन डए आ, ते इत्थे इक फौतगी हो गई आ। तो दोस्त जी उहनां ने तुहाडा नंबर तां कहिंदे जी दर्जियां दा काम करदे आ, हाँ ते जी, उहनां ने मैनूं इह वी दस्सिआ कि जिहड़े साडे बंदे फौत होए ने ना जी, हाँ ओ जी, कद काठ च हैगे आ तुहाडे जिहड़े। ते तुसीं इदां करो, ओ सी के ना ते जी पा के अच्छे तरीके नाल हाँ, ਤੇ ਯਾਰ ਦੋਸਤ ਨੂੰ ਕਹੀਓ ਤਸਵੀਰ ਇੱਕ ਖਿੱਚ ਕੇ ਨਾ ਸਾਨੂੰ WhatsApp ਕਰੋ, ਪਹਿਲੇ ਦੇਖੀਏ ਕਿ ਉਹ ਸਾਈਜ਼ ਠੀਕ ਹੈ। ਠੀਕ ਹੈ, ਤੇ ਰੂੰ ਲੈ ਲੈਣਾ ਜ਼ਰਾ ਨੱਕ ਤੇ ਨੇ। ਅੱਛਾ ਜੀ, ਮਾਸ਼ਾਅੱਲਾ, ਅੱਲਾ ਤੁਹਾਡੀ ਖੈਰ ਜ਼ਿੰਦਗੀ ਕਰੇ। ਮੈਂ ਸੂਟ ਸੀਨਾ, ਪੈਂਟ ਕੋਟ ਸੀਨਾ, ਕਫਨ ਮੈਂ ਭਾਜੀ ਕਰੀ ਨਾ ਸੀਤਾ, ਨਾ ਮੈਨੂੰ ਤਜਰਬਾ। ਦੂਸਰੀ ਗੱਲ ਇਹ ਹੈ ਕਿ ਹਾਂਜੀ ਅਗਰ ਤੁਹਾਨੂੰ ਮਜਬੂਰੀ ਹੈ ਕਿ ਵੀ ਵਾਕਈ ਸਵਾਉਣਾ ਹੀ ਆ, ਹਾਂਜੀ ਮੈਂ ਸੀ ਦਿਆਂਗਾ। ਲੇਕਿਨ ਅੱਗੋਂ ਜਿਹੜੀ ਤੁਸੀਂ ਮੈਨੂੰ ਹਰਕਤ ਦੱਸ ਰਹੇ ਜੇ ਨਾ ਕਿ ਮੈਂ ਪਾ ਕੇ ਤੁਹਾਨੂੰ ਵਰਥਿਆ ਤਸਵੀਰ ਕਰਾਂ, ਪਸੰਦ ਕਰਾਵਾਂ। ਨਹੀਂ ਭਾਜੀ ਨਾ, ਉਹ ਨੱਕ ਚ ਨੂੰ ਵੀ, ਹਾਂ ਜੀ, ਨੱਕ ਚ ਰੂਮ ਹੀ ਦਵਾਂ, ਤੇ ਜਿਹੜਾ ਮੁਸ਼ਕਪੂਰ ਭੈਣ ਜਰਾ, ਉਹ ਵੀ ਲਾ ਲਵਾਂ। ਹਾਂਜੀ ਤੇ ਭਾਜੀ ਫਿਰ ਕਬਰ ਚ ਵੀ ਮੈਂ ਹੀ ਪੈ ਜਾਗਾ, ਐਵੇਂ ਇੰਨੀ ਕੁ ਤਕਲੀਫ ਵਾਸਤੇ ਤੁਸੀਂ ਆਪਣੇ ਮੁਰਦੇ ਨੂੰ ਅਜ਼ੀਅਤ ਦੇਣੀ, ਪਿੱਛੇ ਰਹਿ ਕੇ ਜਾਣਾ ਭੈਣ। ਨਹੀਂ ਭਾਜੀ ਨੂੰ ਤੁਸੀਂ ਬੰਦਾ ਆ ਜਾਏਗਾ ਤੁਹਾਡੇ ਕੋਲ ਲੈਣ, ਉਹ ਅਸੀਂ ਉਹਨੂੰ ਚਾੜ ਦਿੰਦੇ ਇੱਥੋਂ ਹੁਣੇ ਬੱਸ ਤੇ। ਤੁਸੀਂ ਸੀ ਕੇ ਨਾ ਦਵਾਦਬ ਤਸਵੀਰ ਸਾਨੂੰ WhatsApp ਕਰੋ ਇੱਕ ਭੈਣ। ਨਹੀਂ ਭਾਜੀ, ਜਿਹੜਾ ਬੰਦਾ ਤੁਸੀਂ ਚਾੜਨਾ ਨਾ ਬੱਸ ਤੇ, ਹਾਂਜੀ ਉਹਨੂੰ ਪਹੁੰਚ ਲੈਣ ਦਿਓ ਰਸਤੇ ਚ, ਉਹ ਵੀ ਨਾ ਐਕਸੀਡੈਂਟ ਨਾ ਮਰ ਜਾਏ, ਫਿਰ ਦੋ ਮੈਂ ਇਕੱਠੇ ਸੀ ਲਾਂਗਾ ਜੇ ਇਦਾਂ ਦਾ ਕੁਝ ਹੋ ਗਿਆ। ਭੈਣ ਕੱਪੜਾ ਤੁਹਾਡਾ ਕੱਪੜਾ ਤੁਸੀਂ ਲੈ ਲੈਣਾ, ਕੱਪੜੇ ਦੇ ਅਸੀਂ ਪੈਸੇ ਦੇ ਦਿਆਂਗੇ। ਭਾਜਨ ਮੈਂ ਸਮਝ ਗਿਆ, ਸਿਰਫ ਲਾਸ਼ ਤੁਹਾਡੀ ਹੈ ਬਸ, ਯਾਨੀ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਸਿਰਫ ਲਾਸ਼ ਤੁਹਾਡੀ ਤੇ ਬਾਕੀ ਸਾਰਾ ਕੁਝ ਮੇਰਾ। ਤੁਸੀਂ ਭਾਜਨ ਇਦਾਂ ਕਰੋ, ਤੁਸੀਂ ਇਦਾਂ ਕਰੋ, ਮੈਂ ਤੁਹਾਨੂੰ ਈਜ਼ੀ ਪੈਸਾ ਕਰਾਉਣਾ ਇੱਥੋਂ 1000 ਰੁਪਿਆ, ਮੈਂ ਆਪਣੇ ਭਰਾ ਲਈ ਆਸਾਨੀ ਪੈਦਾ ਕਰ ਦੇਣਾ ਨਾ। ਹਾਂਜੀ ਮੈਂ ਕਫਨ ਸੀਨਾ ਪਾ ਕੇ ਮੋਟਰਸਾਈਕਲ ਦੇ ਭਰਾ ਦੇ ਕੋਲ ਆ ਜਾਂਦਾ। ਹਾਂ, ਪੈਟਰੋਲ ਦੇ ਪੈਸੇ ਤੁਸੀਂ ਸਾਡੇ ਕੋਲ ਲੈਣੇ ਆ। ਹਾਂਜੀ, ਸ਼ੇਖੂਪੁਰਾ ਰੋਡ ਤੇ ਨਾ ਤੁਸੀਂ ਫੈਸਲਾਬਾਦ ਜਿਹਨੇ ਉਧਰੋਂ ਆਉਣਾ ਨਾ ਜੀ, ਹਾਂਜੀ, ਜਿਹਨੇ ਖੋੜਿਆਂ ਦਾ ਲੰਘ ਜਾਣਾ ਅੱਗੇ ਤੁਸੀਂ, ਹਾਂਜੀ, ਅੱਗੇ ਆ ਕੇ ਤੁਸੀਂ ਮੈਨੂੰ ਫੋਨ ਕਰਨਾ। ਤੇ ਭਾਜੜੇ ਰਸਤੇ ਦੇ ਵਿੱਚ ਪਤਾ ਕੀ, ਸਾਡੇ ਪੇਂਡੂ ਜੇ ਲੋਕ ਨੇ, ਹਾਂਜੀ, ਉਹ ਮੈਨੂੰ ਕਫਨ ਜੇ ਵੇਖਣ ਆਵੇ ਖਾਪਾ ਦੇਣ ਕੇ, ਪਤਾ ਨਹੀਂ ਕਿਹਦੀ ਲਾਸ਼ ਖੁੱਲ ਗਈ। ਭੈਣ ਤੁਸੀਂ ਉੱਥੋਂ ਬਾਸਕਟ ਪਾ ਲੈਣਾ ਕਫਨ ਦੇ ਉੱਤੋਂ, ਹਾਂ ਵੇਖਿਆ ਨਾ, ਹੁਣ ਇਹੀ ਫਿਰ ਤੇ ਸਾਫਾ ਬੰਨ ਲੈਣਾ ਅੱਛੇ ਤਰੀਕੇ ਨਾਲ। ਇਹੀ ਮੈਂ ਗੱਲ ਕੀਤੀ ਸੀ ਭਾਜੜੇ ਕਿ ਅਰਬੀ ਦਾ ਅਰਬੀ ਤੇ ਲਾਸ਼ ਦੀ ਲਾਸ਼, ਜਿੱਥੇ ਖਤਰਾ ਮਹਿਸੂਸ ਹੋਵੇ ਅਰਬੀ ਬੋਲਣੀ ਸ਼ੁਰੂ ਕਰ ਦਿਓ, ਤੇ ਜਿੱਥੇ ਦੇਖੋ ਕਿ ਗਾਹ ਗਾ ਉੱਥੇ ਕਹਿ ਦਿਓ ਕਿ ਭਾਜੀ ਆ ਕਫਨ। ਉਹ ਯਾਰ ਮੇਰੀ ਗੱਲ ਸੁਣ ਲਾ, ਇਸ ਟਾਈਮ ਸਾਨੂੰ ਬੰਦਾ ਕੋਈ ਨਹੀਂ ਲੱਭਣਾ, ਤੇ ਮੈਂ ਮੁੰਡੇ ਨੂੰ ਭੇਜਦਾ ਵੈਗਨ ਲੈਣ, ਉਹ ਵੈਗਨ ਲੈ ਕੇ ਆਉਂਦਾ ਤੇ ਅਸੀਂ ਲਾਸ਼ ਲੈ ਕੇ ਤੇਰੇ ਨਾਲ ਆ ਰਹੇ ਆ ਘਰ, ਤੇ ਪੱਕਾ ਹੈ ਕੀ ਹੈ ਫਰਸ਼? ਨਹੀਂ ਨਹੀਂ ਮਤਲਬ ਹਾਂਡੀ ਕੀ ਪੱਕੀ ਹੈ? ਹਾਂਡੀ ਆਹੀ ਲੈ ਆ, ਪਕਾ ਲੈਨੇ ਆ। ਮੈਂ ਨਾ ਲਾਸ਼ ਲੈ ਕੇ ਆ ਰਿਹਾ ਤੁਹਾਡੇ ਕੋਲ, ਤੁਹਾਡੇ ਘਰ 2 ਘੰਟੇ ਇੱਥੇ ਬਵਾਂਗੇ, ਤੇ ਰੋਟੀ ਰੁਟੀ ਕੋਈ ਚੰਗੀ ਜੀ ਪਕਾ ਲਓ, ਤੇ ਸਮਾ ਕੇ ਨਾ ਇੱਥੋਂ ਮਤਲਬ ਕਿ ਵੈਲ ਡਰੈਸ ਕਰਕੇ ਲੈ ਕੇ ਆਵਾਂਗੇ। ਤਾਬੇਦਾਰ ਭਰਾਵਾ ਕਿੰਨੇ ਬੰਦਿਆਂ ਨੇ ਆਉਣਾ? 4 ਬੰਦਿਆਂ ਨੇ ਲਾਸ਼ ਪਾ ਕੇ ਕੱਢ ਕੇ? ਨਹੀਂ ਨਹੀਂ ਉਹਦੇ ਸਮੇਤ 4 ਬੰਦੇ। ਅੱਛਾ, ਦੋ ਦੋ ਰੋਟੀਆਂ ਤੁਹਾਡੀਆਂ ਤੇ ਲਾਸ਼ ਦੀਆਂ ਕਿੰਨੀਆਂ? ਨਹੀਂ ਨਹੀਂ ਉਹਦੀਆਂ ਚੁੱਕੀਆਂ ਗਿਆ ਰਿਜ਼ਕ ਉਹਦਾ। ਅੱਛਾ, ਉਹਦੇ ਸਦੀਆਂ ਵੀ ਤੂੰ ਖਾ ਲਈ ਮਰੇ, ਜਿੱਦਾਂ ਤੈਨੂੰ ਪਿਆਰ ਆ ਜਿੱਦੀ ਤੂੰ ਨਾਲ ਰੱਖੀ ਹੈ। ਇਹ ਕੋ ਮਰ ਜਾਵੇ ਨਾ ਧੀ ਪੁੱਤ ਕੋ ਪਿਓ ਭਰਾ ਤੇ ਦਫਨਾਈ ਦਾ ਹੁੰਦਾ, ਤੂੰ ਨਾਲ ਬੰਨ ਲਿਆ ਆਪਣੇ। ਲੈ ਕੇ ਆ ਰਿਹਾ ਜੀ, ਮੈਂ ਲੈ ਕੇ ਆ ਰਿਹਾ ਬਸ 2 ਘੰਟੇ ਤੁਹਾਡੇ ਕੋਲ। ਮੇਰੇ ਵੱਲ ਲੈ ਕੇ ਆਈ ਉਹ ਲਾਸ਼, ਉਹ ਤੈਨੂੰ ਮੈਂ ਤੈਨੂੰ ਦਫਾ ਹੋ ਕੇ ਤੇ ਕਿੱਥੋਂ ਆ ਗਿਆ ਤੂੰ? ਲੈ ਮੈਂ ਲਾਸ਼ ਲੈ ਕੇ ਤੇਰੇ ਵੱਲ ਆ ਰਿਹਾ, ਐਡਾ ਤੂੰ ਬਸ ਮੈਂ ਮਠਿਆਈ ਦਾ ਡੱਬਾ ਨਾ ਜਿਹੜਾ ਲੈ ਕੇ ਆ ਰਿਹਾ ਮੇਰੇ ਵੱਲ ਸਿਗਰਦੀ ਕਰਨ ਮੇਰੇ। ਬਸ ਅਸੀਂ 2-2.5 ਘੰਟੇ ਚ ਪਹੁੰਚ ਰਹੇ ਤੁਹਾਡੇ ਕੋਲ। ਗੱਡੀ ਚ ਆਊਗਾ ਨਾ ਦੁਕਾਨ ਆਪਣੀ? ਨਹੀਂ, ਕਿੱਥੇ ਆ? ਇੱਥੋਂ ਮੈਂ ਛੱਡ ਦਿੱਤੀ ਆ, ਅੱਧ ਘੰਟਾ ਹੋਇਆ, ਮੈਂ ਸਕੱਦੂ ਚਲਾ ਗਿਆ। ਬਸ ਮੈਂ ਨਾ ਲਵੋ ਇਹ ਲਾਸ਼ ਇਹ ਤੇ ਦਫਨਾਓ, ਤੁਹਾਡੀ ਮਿਹਰਬਾਨੀ ਆ, ਦਫਾ ਦੂਰ ਹੋ ਜਾਓ। ਖਬਰਦਾਰ ਮੇਰੇ ਕੋਲ ਲਾਸ਼ ਲੈ ਕੇ ਆਏ ਤੇ। ਆ ਰਹੇ ਭਾਈ ਨਾ ਆ ਰਹੇ, ਆਓ ਆਓ ਦਫਾ ਆਵੋ, ਮੈਂ ਲੱਭਣਾ ਹੀ ਨਹੀਂ ਬੇਟੇ, ਮੈਂ ਦਰਦੀਆਂ ਦਾ ਕੰਮ ਹੀ ਨਹੀਂ ਕਰਦਾ, ਮੈਂ ਸਕੂਲ ਟੀਚਰ, ਮੈਂ ਬੱਚਿਆਂ ਨੂੰ ਪੜਾਉਣਾ, ਰਾਤ 10 ਵਜੇ ਮੈਂ ਚੱਲਾਂ ਸਕੂਲ, ਐਮਰਜੈਂਸੀ ਕਲਾਸ ਲੈਣੀ ਮੈਂ, ਐਡੀ ਲਾਸ਼ ਬਸ ਭਾਈ ਨਾ ਆਏ ਪਹੁੰਚੇ ਤੁਹਾਡੇ ਕੋਲ ਭਾਈ ਨੂੰ। ਓਏ ਮੇਰੇ ਵੱਲ ਨਹੀਂ, ਓਏ ਮੈਂ ਤੈਨੂੰ ਦੱਸਦਾ, ਮੈਂ ਤੇਰੇ ਮੁੱਕੀਆਂ ਮਾਰਾਂਗਾ, ਮੈਂ ਮਹੱਲੇ ਦੇ ਕੁੱਤੇ ਪਵਾ ਦੇਣੀ ਤੈਨੂੰ, ਤੇ ਤੁਸੀਂ ਤਾਂ ਨੱਸ ਜਾਣਾ, ਤੁਹਾਡੀ ਲਾਸ਼ ਕੋਈ ਦੌੜਿਆ ਜਾਣਾ, ਲੀਰੋ ਲੀਰ ਕਰ ਦੇਣੀ ਹੈ ਕੁੱਤਿਆਂ ਨੇ। ਆਏ ਆਏ ਐਡਾ ਚਾਹ ਤੈਨੂੰ ਲਾਸ਼ ਨਾਲ ਟਰੈਵਲਿੰਗ ਕਰਨ ਦਾ? ਭੈਣ ਦੁੱਧ ਪੱਤੀ ਮੰਗਾ ਕੇ ਰੱਖ ਲੈਣਾ ਤੇਰਾ, ਹਾਂਜੀ ਠੰਡ ਚ ਆਉਣਾ ਅਸੀਂ। ਬੇਟੇ ਮੈਂ ਕੁੱਤ ਪੱਤੀ ਮੰਗਾ ਕੇ ਰੱਖਾਂਗਾ, ਮੇਰੇ ਕੋਲ 36 ਸੈਂਸੀ ਕੁੱਤੇ ਨੇ ਬਾਹਰ,
ਤੂੰ ਆਹ ਲੈਸ ਲੈ ਕੇ ਤੂੰ ਮੇਰੇ ਪਿੰਡ ਤੂੰ ਇਹ ਤਾਂ ਮੇਰੇ ਇਲਾਕੇ ਚ ਵੜਨਾ ਵੇਖੀ ਤੇਰਾ ਹਾਲ ਕੀ ਹੁੰਦਾ ਤੁਸੀਂ ਇਹ ਨਾਲ ਪਾਣੀ ਬਿਸਕੁਟ ਮੰਗਾ ਲੈਣਾ ਸੁਪਰ ਦੇ ਥੋੜੀ ਚਿਪਸ ਨਾਲ ਕਢਾ ਲੈਣਾ ਜ਼ਰਾ ਗਰਮ ਗਰਮ ਓਏ ਓਏ ਫੋਨ ਬੰਦ ਕਰ ਦਿਓ ਗਰਮ ਗਰਮ ਚਿਪਸ ਮੈਂ ਆਪਣੀ ਘਰ ਵਾਲੀ ਚਿਪਸ ਤੇ ਲੰਮੇ ਪਾ ਕੇ ਕੁੱਟਣਾ ਤੈਨੂੰ ਚਿਪਸ ਕਢਾ ਲੈਣਾ ਲਾਸ਼ ਆ ਰਹੀ ਹੈ ਮਰੇ ਕਿ ਮਤਲਬ ਰਿਸ਼ਤਾ ਦੇਖਣ ਆ ਰਿਹਾ ਕਿਤੇ ਜੇ ਦਿਖਾਉਣ ਆ ਰਹੇ ਲਾਸ਼ ਵਾਸਤੇ ਮੈਂ ਚਿਪਸ ਮੰਗਾ ਲਵਾਂ ਲਾਸ਼ ਵਾਸਤੇ ਮੈਂ ਬਿਸਕੁਟ ਮੰਗਾ ਲਵਾਂ ਮੈਨੂੰ ਤਾਂ ਲੱਗਦਾ ਬੇਟੇ ਤੁਸੀਂ ਲਾਸ਼ ਜਾਣ ਕੇ ਇੱਥੇ ਤੋਂ ਕੋਲ ਰੱਖੀ ਲੋਕਾਂ ਦੇ ਘਰੋਂ ਖਾਣ ਪੀਣ ਜਿੱਦਣ ਮਰਦੀ ਲਾਸ਼ ਚੁੱਕ ਕੇ ਲੈ ਜਾਂਦੇ ਰਵੈਣ ਪਾ ਕੇ ਉਹ ਤਾਂ 800-900 ਦਿਹਾੜੀ ਲਾ ਕੇ ਵਾਪਸ ਆ ਜਾਂਦੇ ਜੀ ਇਹ ਲਾਸ਼ ਨੂੰ ਵੀ ਮੇਰਾ ਹਾਲ ਚਾਰ ਚਪੇੜਾਂ ਪੈਣੀਆਂ ਨੇ ਉੱਟ ਪੈਣਾ ਆਏ ਭਾਏ ਨਾ ਆਏ 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 ਬਸ ਤੁਸੀਂ ਨਾ ਇੱਥੇ ਹੀ ਰਹਿਣਾ ਤੇ ਆਏ ਕੋਲੇ ਮੰਗਾ ਲੈਣਾ ਅੱਧਾ ਕਿਲੋ ਦਰ ਜੀ ਜੀ ਕੋਲੇ ਕੋਲੇ ਸੇਕਾਂਗੇ ਰਾਤ ਨੂੰ ਮੈਂ ਕੋਲੇ ਕੋਲੇ ਕਰਕੇ ਮੈਂ ਕੋਲੇ ਮਾਰਨੇ ਮੂੰਹ ਤੇ ਸਮਝ ਆਈ ਇਹ ਤੈਨੂੰ ਨੰਬਰ ਦਿੱਤਾ ਕਿੰਨੇ ਮੇਰਾ ਓਏ ਮੇਰੀ ਗੱਲ ਸੁਣੋ ਮੇਰੀ ਗੱਲ ਸੁਣ ਜੇ ਤੇ ਪੁੱਤਰ ਗੱਲ ਹੈਗੀ ਨਾ ਸੱਚੀ ਮੁੱਚੀ ਕੇ ਲਾਸ਼ ਆ ਤੇ ਸ਼ੁਗਲ ਨਾ ਕਰ ਇਹਨੂੰ ਦਫਨਾ ਨਹੀਂ ਨਹੀਂ ਭਾਈ ਆ ਰਹੇ ਲੈ ਕੇ ਤੁਹਾਡੇ ਕੋਲ ਆ ਰਹੇ ਭੈਣ ਉਹ ਯਾਰ ਮੇਰੇ ਕੋ ਤੁਸੀਂ ਕਿੱਦਾਂ ਲਾਸ਼ ਮੈਂ ਕੀ ਕਰਨੀ ਲਾਸ਼ ਨੂੰ ਭਾਈ ਤੁਸੀਂ ਹਾਲਾਤ ਦੇ ਕੇ ਦੱਸਣ ਯਾਰ ਮੈਨੂੰ ਚੈੱਕ ਕਰ ਲੈਣਾ ਨਾ ਸਿਆਣੇ ਅਸੀਂ ਚੈੱਕ ਕਰ ਲੈਣਾ ਜਿਹੜਾ ਮਰ ਗਿਆ ਮਰ ਗਿਆ ਕਿਹੜਾ ਮੋਟਰਸਾਈਕਲ ਡਿੱਗੀ ਪਈ ਕਿਤੇ ਸਟਾਰਟ ਨਹੀਂ ਹੁੰਦੀ ਵੀ ਜਿਹਦਾ ਮੈਂ ਪਲੱਗ ਬਦਲ ਕੇ ਉਹਨੂੰ ਮੈਂ ਦੁਬਾਰਾ ਸਟਾਰਟ ਕਰ ਲੈਣਾ ਅੱਲਾ ਮਾਫੀ ਦੇ ਕੇ ਕਿੱਦਾਂ ਦੀਆਂ ਮਨਹੂਸ ਗੱਲਾਂ ਕਰਨੇ ਮਨਹੂਸ ਮੂੰਹ ਵਾਲਿਆ ਕਿੱਥੋਂ ਤੂੰ ਮੈਨੂੰ ਫੋਨ ਕਰ ਲਿਆ ਖਬਰਦਾਰ ਦੁਬਾਰਾ ਮੈਨੂੰ ਫੋਨ ਕੀਤਾ ਮੈਨੂੰ ਕਿਸੇ ਹੋਰ ਕੰਮ ਕਰਨ ਦੇ ਤੂੰ ਜਾ ਕੇ ਹੋਰ ਦਰਦੀ ਲੱਭ ਬਸ ਆਏ ਭੈਣ ਆਏ ਇਨਸ਼ਾਅੱਲਾ 2-2.5 ਘੰਟੇ ਤੁਹਾਡੇ ਕੋਲ ਕਿਸੇ ਬਈ ਸਹੀ ਕਿਸੇ ਢੀਠ ਖਾਨਦਾਨ ਦਾ ਬੱਚਾ ਬਈ ਤੂੰ ਇਹ ਪੁਲ ਉੱਤਰਦੇ ਭੈਣ ਖੱਬੇ ਹੱਥ ਨਾ ਆ ਪੁਲ ਦੇ ਇੱਥੇ ਦਹੀਂ ਭੱਲੇ ਵਾਲਾ ਹੁੰਦਾ ਦਹੀਂ ਭੱਲੇ ਵਾਲਾ ਜਿੱਥੇ ਪੁਲ ਦੇ ਬਿਲਕੁਲ ਦਰਮਿਆਨ ਚੋਂ ਖੱਬੇ ਹੱਥ ਉੱਤਰ ਜਾਣਾ ਥੱਲੇ ਇਨਸ਼ਾਅੱਲਾ ਤੁਸੀਂ ਇੱਕ ਲੈ ਕੇ ਆਉਣੀ ਆ ਫਿਰ ਬੰਦਿਆਂ ਨੇ ਚਾਰ ਵਾਪਸ ਭੇਜਣੀਆਂ ਤੁਹਾਡੇ ਪਿੰਡ ਇੱਕ ਨਾ ਇੱਕ ਫ੍ਰੀ ਹੁੰਦੀ ਆ ਉਹਨਾਂ ਨੂੰ ਇੱਕ ਨਾ ਤਿੰਨ ਫ੍ਰੀ ਮਿਲਣੀਆਂ ਤੁਹਾਡੇ ਪਿੰਡ ਵਾਲੇ ਨੂੰ ਟੈਨਸ਼ਨ ਨਾ ਲੈ ਤੂੰ ਆਏ ਭੈਣ ਆਏ ਇਨਸ਼ਾਅੱਲਾ ਆਏ ਆਏ ਭੈਣ ਆ ਜਾਓ ਇਹਨੂੰ ਘਰ ਹੀ ਛੱਡ ਕੇ ਆਉਣਾ ਨਹੀਂ ਨਹੀਂ ਯਾਰ ਨਹੀਂ ਨਹੀਂ ਲਾਸ਼ ਨੂੰ ਘਰ ਛੱਡ ਆਉਣਾ ਪਿੱਛੇ ਘਰ ਵੀ ਕੋਈ ਹੋਣਾ ਚਾਹੀਦਾ ਭਾਜੀ ਚੋਰੀ ਚੋਰੀ ਹੋ ਜਾਏ ਕੋਈ ਬੰਦਾ ਆਵੇ ਚਲੋ ਅੱਖਾਂ ਬੰਦ ਹੋਣੀਆਂ ਇਹ ਲੱਗੂਗਾ ਵੀ ਪਤਾ ਨੀ ਸੁੱਤਾ ਬੰਦਾ ਯਾਰ ਚਲੋ ਉਹ ਘਰ ਦੀ ਰਖਵਾਲੀ ਵਾਸਤੇ ਵੀ ਹੋਣਾ ਚਾਹੀਦਾ ਇਹਨੂੰ ਛੱਡ ਆਉਣਾ ਤੁਸੀਂ ਆ ਜਾਣਾ ਮੈਂ ਤੁਹਾਡੇ ਚੋਂ ਇੱਕ ਦੀ ਲਾਸ਼ ਕਰ ਲਾਂਗਾ ਇੱਥੇ ਬਸ ਪਹੁੰਚੇ ਭੈਣ ਪਹੁੰਚੇ ਇਨਸ਼ਾਅੱਲਾ ਆ ਪਹੁੰਚੋ ਮੈਂ ਵੀ ਅੱਗੇ ਪਹੁੰਚਣ ਲੱਗਾ ਕਿਤੇ ਆਏ ਭੈਣ ਆਏ ਭੈਣ ਆ ਜਾਓ ਆ ਜਾਓ ਅੱਜ ਸ਼ਾਬਾਸ਼ ਆ ਜਾਓ ਪੁੱਤ ਆ ਜਾਓ